द हरप्रीत सिंह शो दे अज दे सैगमेंट विच आप सब दा हार्दिक स्वागत है। प्रोग्राम दे हिस्से विच मेरा साथ देणगे सरबजीत कौर रोमाना, जिहड़े साडे मेहमान ने गमदूर एक्यूपेंचर अते चाइनीज़ मेडिसिन सेंटर तो। अज इहनां नाल असीं गलबात करांगे सैल्फ हीलिंग अते वैलनेस दे संबंध विच। कहा जांदा प्रिवेंशन इज़ बैटर दैन क्योर, एक बड़ी पुरानी कहावत है कि डिजीज़ आउण तो पहलां ही अपने आप नूं असीं ठीक रखिए। पर सैल्फ हीलिंग किवें कीती जा सकदी, किहड़े उह मैथड्स ने जिहड़े सानूं अडोप्ट करन दी लोड़ है, आओ इस बारे गलबात करदे हां सरबजीत कौर रोमाना जी नाल। ਵੈਲਕਮ ਟੂ ਦ ਪ੍ਰੋਗਰਾਮ ਜੀ। ਥੈਂਕ ਯੂ ਹਰਪ੍ਰੀਤ ਜੀ। ਵੈਲਕਮ, ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਤਾਂ ਜੀ, ਜਦੋਂ ਅਸੀਂ ਚਾਈਨੀਜ਼ ਮੈਡੀਸਨ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਮੋਸਟਲੀ ਜਾਂ ਆਯੁਰਵੇਦਾ ਦੀ ਗੱਲ ਕਰਦੇ ਹਾਂ, ਇਹਨਾਂ ਚੀਜ਼ਾਂ ਦੇ ਵਿੱਚ ਸੈਲਫ ਹੀਲਿੰਗ ਦੇ ਉੱਤੇ ਬਹੁਤ ਜ਼ਿਆਦਾ ਐਮਫੋਸਿਸ ਦਿੱਤਾ ਗਿਆ। ਬਿਲਕੁਲ, ਹਾਂਜੀ। ਖਾਸ ਤੌਰ 'ਤੇ ਅੱਜ ਦੇ ਇਸ ਯੁੱਗ ਵਿੱਚ ਜਿੱਥੇ ਕਿ ਅਸੀਂ ਇਹਨਾਂ ਮੁਲਕਾਂ 'ਚ ਜਿੱਥੇ ਰਹਿੰਦੇ ਹਾਂ ਅਤੇ ਡਾਕਟਰ ਕੋਲ ਵੀ ਜਾਂਦੇ, ਉੱਥੇ ਵੀ ਦੋ ਦੋ ਘੰਟੇ ਸਾਨੂੰ ਉਡੀਕਣਾ ਪੈ ਜਾਂਦਾ ਹੈ। ਐਮਰਜੈਂਸੀ ਦੀ ਗੱਲ ਹੀ ਛੱਡੀ, ਉੱਥੇ ਛੇ ਛੇ ਅੱਠ ਅੱਠ ਘੰਟੇ ਵੀ ਵੇਟ ਲੋਕ ਕਰਦੇ ਨੇ। ਹਾਂਜੀ। ਸੋ ਕਿਉਂ ਜ਼ਰੂਰੀ ਹੈਗਾ ਕਿ ਸੈਲਫ ਹੀਲਿੰਗ ਪਾਸੇ ਲੋਕਾਂ ਦਾ ਧਿਆਨ ਵਧੇ ਜੀ? ਦੇਖੋ ਹਰਪ੍ਰੀਤ ਜੀ, ਜਿਸ ਤਰ੍ਹਾਂ ਕਿ ਪਹਿਲਾਂ ਤਾਂ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਹਾਂ, ਜਦੋਂ ਵੀ ਆਪਾਂ ਕੋਈ ਵੀ ਟਾਕ ਸ਼ੋਅ ਕਰਦੇ ਹਾਂ, ਉਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਆਪਣੀ ਜਿਹੜੀ ਫੈਮਿਲੀ ਡਾਕਟਰ ਜਾਂ ਜਦੋਂ ਵੀ ਤੁਹਾਨੂੰ ਕੋਈ ਲੋੜ ਆ ਤੁਸੀਂ ਉੱਥੇ ਨਹੀਂ ਜਾਣਾ। ਸੋ ਇਹਨਾਂ ਇਸ ਟਾਕ ਸ਼ੋਅ ਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਡਾਕਟਰ ਦੇ ਆਫਿਸ 'ਚ ਨਹੀਂ ਜਾਣਾ। ਤੁਹਾਨੂੰ ਰੈਗੂਲਰ ਚੈੱਕਅਪ ਕਰਾਉਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਸੋ ਸੈਲਫ ਹੀਲਿੰਗ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਆਲ ਆਲਟਰਨੇਟ ਮੈਡੀਸਨ, ਈਵਨ ਵੈਸਟਰਨ ਮੈਡੀਸਨ 'ਚ ਵੀ ਆਈ ਥਿੰਕ ਜਦੋਂ ਉਹਨਾਂ ਨੂੰ ਸਟਾਰਟ ਪੜ੍ਹਾਉਂਦੇ ਆ ਕਿ ਸੈਲਫ ਹੀਲਿੰਗ ਜਿਹੜੀ ਆ, ਸੈਲਫ ਅਵੇਅਰਨੈਸ, ਇਹ ਬਹੁਤ ਇੰਪੋਰਟੈਂਟ ਹੈਗੀ ਆ। ਸੋ ਸੈਲਫ ਹੀਲਿੰਗ ਤੁਸੀਂ ਕਿਉਂ ਕਰਨਾ ਚਾਹੁੰਦੇ ਹੋ, ਹੈ ਨਾ? ਸੋ ਸੈਲਫ ਹੀਲਿੰਗ ਦਾ ਮਤਲਬ ਹੈਗਾ ਕਿ ਤੁਸੀਂ ਆਪਣੇ ਆਪ ਨੂੰ ਟਾਈਮ ਦਿਓ। ਜਿਵੇਂ ਕਿ ਤੁਸੀਂ ਹੁਣੇ ਮੈਂਸ਼ਨ ਕੀਤਾ ਕਿ ਪ੍ਰਿਵੈਂਸ਼ਨ ਇਜ਼ ਬੈਟਰ ਦੈਨ ਦ ਕਿਓਰ, ਮੇਰੇ ਜਿਹੜੇ ਈਵਨ ਮੇਰਾ ਜਿਹੜਾ ਕਾਰਡ ਆ ਜਾਂ ਮੇਰਾ ਕਲੀਨਿਕ ਦਾ ਨਾਮ ਆ, ਉਹਦੀ ਜਿਹੜਾ ਥੱਲੇ ਹੈਗਾ ਕਿ ਪ੍ਰਿਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਸੋ ਉਹਦੇ 'ਚ ਹੈਗਾ ਕਿ ਤੁਸੀਂ ਡਿਜ਼ੀਜ਼ ਦੀ ਵੇਟ ਕਿਉਂ ਕਰ ਰਹੇ ਹੋ, ਕਿ ਤੁਹਾਨੂੰ ਕੋਈ ਡਿਜ਼ੀਜ਼ ਹੋਵੇ, ਉਹ ਤਾਂ ਬਹੁਤ ਲੇਟ ਹੋ ਜਾਂਦਾ। ਜਦੋਂ ਤੁਹਾਨੂੰ ਡਿਜ਼ੀਜ਼ ਕੀ ਆ, ਜਦੋਂ ਤੁਹਾਨੂੰ ਕਿਸੇ ਵੀ ਜਗ੍ਹਾ 'ਤੇ ਸਾਈਨਸ ਐਂਡ ਸਿਮਟਮਸ ਨਜ਼ਰ ਆਉਣ ਲੱਗ ਜਾਂਦੇ ਆ, ਕੋਈ ਪੇਨ ਹੋਣ ਲੱਗ ਗਈ, ਕੋਈ ਟਿੰਗਲਿੰਗ ਸੈਂਸੇਸ਼ਨ ਹੋ ਗਈ, ਜਾਂ ਲੇਟਰ ਔਨ ਕੋਈ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਹੋ ਗਿਆ, ਡਾਇਬਟੀਜ਼ ਹੋ ਗਈ, ਕਈ ਵਾਰੀ ਇਹ ਹੈਡਟਰੀ ਵੀ ਹੁੰਦੇ ਆ, ਪਰ ਫਿਰ ਵੀ ਆਪਾਂ ਉਹਨਾਂ ਚੀਜ਼ਾਂ ਦੀ ਵੇਟ ਕਿਉਂ ਕਰੀਏ ਕਿ ਜਦੋਂ ਹੋਊਗੀ ਉਦੋਂ ਹੀ ਆਪਾਂ ਜਿਮ ਜਾਵਾਂਗੇ, ਉਦੋਂ ਹੀ ਆਪਾਂ ਐਕਸਰਸਾਈਜ਼ ਕਰਾਂਗੇ ਜਾਂ ਡਾਇਟ ਵੱਲ ਖਿਆਲ ਕਰਾਂਗੇ। ਸੋ ਉਸ ਤੋਂ ਪਹਿਲਾਂ ਹੀ ਯੰਗ ਏਜ ਤੋਂ, ਜਾਂ ਇਟਸ ਨੈਵਰ ਟੂ ਲੇਟ, ਅੱਜ ਤੋਂ ਵੀ ਤੁਸੀਂ ਸਟਾਰਟ ਕਰ ਸਕਦੇ ਹੋ ਕਿ ਆਪਣੇ ਆਪ ਤੁਸੀਂ ਸੈਲਫ ਹੀਲ ਕਿਵੇਂ ਕਰਨਾ। ਸੋ ਇਹਦੇ 'ਚ ਇੱਕ ਗੱਲ ਆ ਜਾਂਦੀ ਹੈ, ਇਸ ਤੋਂ ਪਹਿਲਾਂ ਕਿ ਅੱਗੇ ਤੁਸੀਂ ਸਾਨੂੰ ਦੱਸੋ ਕਿ ਕਿਹੜੇ ਉਹ ਸਟੈਪਸ ਲੈਣੇ ਨੇ ਕਿ ਡਿਜ਼ੀਜ਼ ਲੱਗਣ ਦਾ ਕਾਰਨ ਕੀ, ਇੱਕ ਤਾਂ ਤੁਸੀਂ ਹੈਰੀਡਿਟੀ ਗੱਲ ਕੀਤੀ ਹੈਗੀ, ਹਾਂਜੀ, ਸਾਡਾ ਕੀ ਮੇਜਰ ਲਾਈਫ ਸਟਾਈਲ ਹੈਗਾ, ਖਾਣ ਪੀਣ, ਜੇ ਇਹ ਚੀਜ਼ਾਂ ਕਾਰਨ ਸਾਨੂੰ ਬਿਮਾਰੀਆਂ ਲੱਗ ਰਹੀਆਂ ਨੇ ਜਾਂ ਕੁਝ ਹੋਰ ਕਾਰਨ ਹੈਗੇ? ਹਾਂਜੀ, ਉਹੀ ਆਪਾਂ ਡਿਸਕਸ ਕਰਨਾ ਹਰਪ੍ਰੀਤ ਜੀ ਇਸ ਪ੍ਰੋਗਰਾਮ ਦੇ ਵਿੱਚ, ਕਿ ਇਹਦੇ ਡਿਜ਼ੀਜ਼ ਦਾ ਕਾਰਨ ਕੀ ਆ। ਜੇ ਅਸੀਂ ਸਿੰਪਲ ਤਰੀਕੇ ਨਾਲ ਦੱਸੀਏ ਕਿ ਇੰਬੈਲੈਂਸ ਇਨ ਯੋਰ ਬਾਡੀ, ਸੋ ਇੰਬੈਲੈਂਸਿਸ ਕੋਈ ਵੀ ਹੋ ਸਕਦੇ ਆ, ਸੋ ਤੁਹਾਡੇ ਲਾਈਫ ਸਟਾਈਲ 'ਚ ਹੋ ਸਕਦੇ ਆ, ਤੁਹਾਡੀ ਬਲੋਕੇਜ ਹੋ ਸਕਦੀ ਹੈ ਕਿਤੇ, ਜਾਂ ਤੁਸੀਂ ਸਲੀਪ ਘੱਟ ਲੈਂਦੇ ਹੋ, ਕੰਮ ਜ਼ਿਆਦਾ ਕਰਦੇ ਹੋ, ਜਾਂ ਤੁਸੀਂ ਰੈਸਟ ਜ਼ਿਆਦਾ ਕਰਦੇ ਹੋ, ਤੁਸੀਂ ਐਕਸਰਸਾਈਜ਼ ਘੱਟ ਕਰਦੇ ਹੋ, ਤੁਸੀਂ ਫ੍ਰੀ ਬਹੁਤ ਰਹਿੰਦੇ ਹੋ, ਸਟ੍ਰੈਸ ਜ਼ਿਆਦਾ, ਸੋ ਕੋਈ ਵੀ ਚੀਜ਼ ਹੈ, ਬੈਲੈਂਸ ਇਜ਼ ਵੈਰੀ ਇੰਪੋਰਟੈਂਟ। ਸੋ ਉਹ ਇੱਕ ਕੀ ਆ ਸੈਲਫ ਹੀਲਿੰਗ ਲਈ, ਹੈ ਨਾ? ਸੋ ਉਹਦੇ ਵਿੱਚ ਸੈਲਫ ਹੀਲਿੰਗ ਦੇ ਵਿੱਚ ਇਹ ਜਿਹੜੇ ਸਭ ਤੋਂ ਪਹਿਲਾਂ ਜਿਹੜਾ ਕਿ ਅੱਜ ਕੱਲ੍ਹ ਵੈਸੇ ਆਪਾਂ ਇਹ ਟਾਕ ਸ਼ੋਅ ਕਰਦੇ ਹਾਂ, ਪਰ ਬਹੁਤ ਸਾਰੇ ਲੋਕ ਅਵੇਅਰ ਨੇ, ਆਲਰੇਡੀ ਅਵੇਅਰ ਨੇ, ਹਰ ਜਗ੍ਹਾ ਇਹੀ ਗੱਲ ਹੋ ਰਹੀ ਹੈ ਕਿ ਸੈਲਫ ਹੀਲਿੰਗ। ਬਿਲਕੁਲ, ਲੇਕਿਨ ਸਰਬਜੀਤ ਜੀ ਪ੍ਰੋਬਲਮ ਇਹੀ ਆਉਂਦੀ ਕਿ ਜਦੋਂ ਸਾਹਮਣੇ ਕੁਝ ਆ ਜਾਂਦਾ, ਹੁਣ ਫੋਰ ਐਗਜ਼ਾਮਪਲ ਲੈਟਸ ਟੇਕ ਕਿ ਤੁਸੀਂ ਕਿਸੇ ਪਾਰਟੀ 'ਤੇ ਜਾਂਦੇ ਹੋ, ਤੁਸੀਂ ਇਹ ਤੈਅ ਕੀਤਾ ਕਿ ਯਾਰ ਅੱਜ ਮੈਂ ਜਾ ਕੇ ਪਕੌੜੇ ਨਹੀਂ ਖਾਣੇ ਜਾਂ ਮੈਂ ਮਿੱਠਾ ਨਹੀਂ ਖਾਣਾ, ਹਾਂਜੀ, ਜਦੋਂ ਸਾਰੇ ਬਾਕੀ ਖੈਰੜੇ ਤੁਸੀਂ ਉੱਥੇ ਬੈਠੇ ਹੋ ਤਾਂ ਤੁਹਾਡਾ ਵੀ ਮਨ ਕਰ ਹੀ ਆਉਂਦਾ। ਸੋ ਮੇਰੇ ਵੀ ਫੇਵਰੇਟ ਹੈ, ਬਿਲਕੁਲ, ਸੋ ਕੰਟਰੋਲ ਕਰਨਾ ਬੜਾ ਔਖਾ ਹੋ ਜਾਂਦਾ। ਮੇਰੇ ਪਕੌੜੇ ਫੇਵਰੇਟ ਹੈ ਜੀ, ਮੈਂ ਪਾਰਟੀ 'ਚ ਖਾਣਾ ਹੀ ਪਕੌੜੇ ਜਾਂਦੀ ਹਾਂ। ਗੱਲ ਕੀ, ਅੱਜ ਕੱਲ੍ਹ ਤਾਂ ਮੈਂ ਵੀ ਸਵੀਟ ਟੂਥ ਹੋਇਆ ਪਿਆ ਮੇਰਾ, ਮੈਂ ਪਹਿਲਾਂ ਟੱਚ ਨਹੀਂ ਕਰਦਾ ਸੀ ਤੇ ਹੁਣ ਮਿੱਠਾ ਛੱਡਿਆ ਨਹੀਂ ਜਾ ਰਿਹਾ। ਹਾਂਜੀ, ਹਾਂਜੀ। ਸੋ ਉਹਦੇ ਵਿੱਚ ਜਿਵੇਂ ਕਿ ਡਾਇਟ ਸਭ ਤੋਂ ਪਹਿਲਾਂ, ਰਾਈਟ, ਹੈ ਨਾ? ਜੋ ਤੁਸੀਂ ਖਾਂਦੇ ਹੋ ਤੁਸੀਂ ਉਹੀ ਹੋ, ਰਾਈਟ। ਜਿਸ ਤਰ੍ਹਾਂ ਨਹੀਂ ਕਹਿੰਦੇ ਕਿ ਹੁਣ ਮੈਂ ਐਵੇਂ ਐਡ ਕਰ ਰਹੀ ਹਾਂ ਇਹਦੇ 'ਚ ਕਿ ਜੇ ਤੁਸੀਂ ਮੀਟ ਜਿਹੜਾ ਆਪਾਂ ਵੈਸੇ ਨਹੀਂ ਬਣੇ ਹੋਏ ਮੀਟ ਖਾਣ ਲਈ, ਪਰ ਤੁਹਾਡੀ ਥੋਟ ਪ੍ਰੋਸੈਸ, ਤੁਹਾਡਾ ਜੋ ਵੀ ਹੈਗਾ, ਤੁਹਾਡੀ ਡਾਇਟ ਦੇ ਨਾਲ ਰਿਲੇਟਡ ਆ। ਸੋ ਇਸ ਕਰਕੇ ਡਾਇਟ ਐਂਡ ਨਿਊਟ੍ਰੀਸ਼ਨ ਬਹੁਤ ਇੰਪੋਰਟੈਂਟ ਆ ਸੈਲਫ ਹੀਲਿੰਗ ਦੇ ਵਿੱਚ। ਸੋ ਡਾਇਟ ਜਿਹੜੀ ਹੈਗੀ ਆ, ਇਹ ਵੀ ਨਹੀਂ ਹੈਗਾ ਕਿ ਤੁਸੀਂ ਇੰਟਰਨੈਟ 'ਤੇ ਜਾ ਕੇ, ਗੂਗਲ 'ਤੇ ਜਾ ਕੇ ਜੋ
ਤੁਹਾਨੂੰ ਡਾਈਟ ਸਕੈਜੂਲ ਮਿਲਦਾ ਤੁਸੀਂ ਉਹੀ ਕਰ ਲਓ ਨਹੀਂ ਨਹੀਂ ਤੁਸੀਂ ਆਪਣੀ ਬਾਡੀ ਨੀਡ ਦੇ ਅਕੋਰਡਿੰਗਲੀ ਤੁਹਾਨੂੰ ਡਾਈਟ ਲੈਣੀ ਜ਼ਰੂਰੀ ਆ ਸੋ ਡਾਈਟ ਦੇ ਵਿੱਚ ਤੁਹਾਡੀ ਪ੍ਰੋਪਰ ਨਿਊਟ੍ਰੀਸ਼ਨ ਹੈ ਨਾ ਕਿ ਤੁਸੀਂ ਫੂਡ ਨੂੰ ਕਿਵੇਂ ਕੁੱਕ ਕਰਨਾ ਸੋ ਪਹਿਲੀ ਗੱਲ ਤਾਂ ਹੋਮ ਮੇਡ ਫੂਡ ਜਿਹੜੇ ਆ ਉਹ ਬੈਸਟ ਹੈਗੇ ਆ ਸੋ ਤੁਸੀਂ ਵੈਜੀਜ ਕਿੰਨੀਆਂ ਖਾਣੀਆਂ ਨੇ ਉਹਦੇ ਵਿੱਚ ਪ੍ਰੋਪਰ ਗ੍ਰੇਨਸ ਹੋਣੇ ਚਾਹੀਦੇ ਆ ਆਪਾਂ ਪਿਛਲੇ ਟਾਕ ਸ਼ੋਅ ਦੇ ਵਿੱਚ ਵੀ ਗੱਲ ਕੀਤੀ ਆ ਨਿਊਟ੍ਰੀਸ਼ਨ ਐਂਡ ਡਾਈਟ ਦੀ ਹਰਬਸ ਦੀ ਤਕਰੀਬਨ ਜਿਹੜਾ ਉਹਦੇ ਆਲੇ ਦੁਆਲੇ ਹੀ ਘੁੰਮ ਰਹੇ ਆ ਹੈ ਨਾ ਜੀ ਇੱਕ ਬੈਲੈਂਸਡ ਲਾਈਫ ਸਟਾਈਲ ਦੇ ਆਲੇ ਦੁਆਲੇ ਘੁੰਮ ਰਹੇ ਆ ਸੋ ਉਹਦੇ ਵਿੱਚ ਤੁਸੀਂ ਦੇਖਣਾ ਕਿ ਡਾਈਟ ਦੇ ਵਿੱਚ ਤੁਹਾਨੂੰ ਕੀ ਜ਼ਰੂਰਤ ਆ ਤੁਹਾਨੂੰ ਕਾਰਬਸ ਵੀ ਚਾਹੀਦੇ ਆ ਤੁਹਾਨੂੰ ਪ੍ਰੋਟੀਨਸ ਵੀ ਚਾਹੀਦੀਆਂ ਨੇ ਤੁਹਾਨੂੰ ਮਿਨਰਲਸ ਵੀ ਚਾਹੀਦੇ ਆ ਹੈ ਨਾ ਸੋ ਤੁਹਾਡੀ ਫਰੂਟਸ ਵੀ ਚਾਹੀਦੇ ਆ ਵੈਜੀਜ ਵੀ ਚਾਹੀਦੇ ਆ ਜੇ ਆਪਾਂ ਕਹੀਏ ਫਾਈਵ ਫੂਡ ਕਾਈਂਡਸ ਜਿਸ ਤਰ੍ਹਾਂ ਕਿ ਆਪਾਂ ਕਹਿੰਦੇ ਹਾਂ ਫਾਈਵ ਐਲੀਮੈਂਟਸ ਫਾਈਵ ਕਲਰਸ ਸੋ ਆਪਣੀ ਬਾਡੀ ਦੇ ਵਿੱਚ ਉਹ ਸਾਰੀ ਜਿਹੜੀ ਹੈਗੀ ਆ ਨਿਊਟ੍ਰੀਸ਼ਨ ਚਾਹੀਦੀ ਆ ਸੋ ਜੇ ਤੁਸੀਂ ਇੱਕ ਬੈਲੈਂਸਡ ਡਾਈਟ ਖਾਂਦੇ ਹੋ ਨਾ ਜੀ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਹੀ ਬਿਮਾਰੀਆਂ ਤੋਂ ਬਚਾ ਸਕਦੇ ਹੋ ਠੀਕ ਹੈ ਹਾਂਜੀ ਸੋ ਇਹ ਡਾਈਟ ਐਂਡ ਨਿਊਟ੍ਰੀਸ਼ਨ ਇਜ਼ the number one in this self healing awareness so ide ji thoda ja main touch karanga ki kyunki tusi bhi you know of course karan ladies khana banandiyan hi hain haan ji hun khan banan de utte bhi bahut sari charcha chaldi hai western culture de vich kisi hor tarike naal explain kita jinna sade culture kuch hor hai ਘਿਓ ਦੀ ਗੱਲ ਕਰ ਲਈਏ ਕੋਈ ਕਹਿੰਦਾ ਜੀ ਘਿਓ ਦੇਸੀ ਘਿਓ ਚੰਗਾ ਹੈ ਕੋਈ ਕਹਿੰਦਾ ਨਹੀਂ ਠੀਕ ਕੋਈ ਕਹਿੰਦਾ ਮੱਖਣ ਖਾਓ ਕੋਈ ਕਹਿੰਦਾ ਜੀ ਜਿਹੜੀ ਤੁਹਾਡੀ ਕੁਕਿੰਗ ਉਹ ਠੀਕ ਨਹੀਂ ਕੋਈ ਕਹਿੰਦਾ ਜੀ ਬਹੁਤ ਵਧੀਆ ਕਿਉਂਕਿ ਤੁਸੀਂ ਮਸਾਲੇ ਪਾਉਂਦੇ ਹੋ ਹੋਰ ਕਈ ਹਰਬਸ ਵਗੈਰਾ ਵਿੱਚ ਸਾਰਾ ਕੁਝ ਪਾਉਂਦੇ ਹੋ ਥੋੜ੍ਹਾ ਜਿਹਾ ਇਹਨੂੰ ਟੱਚ ਕਰੀਏ ਸਾਡੀਆਂ ਜਿਹੜੀਆਂ ਅੱਜ ਭੈਣਾਂ ਪ੍ਰੋਗਰਾਮ ਦੇਖ ਰਹੀਆਂ ਨੇ ਉਹਨਾਂ ਨੂੰ ਬੈਨੀਫਿਟ ਮਿਲੇ ਕਿ ਜਿਹੜੀ ਸਾਡੀ ਤੁਸੀਂ ਕਹਿੰਦੇ ਹੋ ਬੈਲੈਂਸ ਡਾਈਟ ਜਿਹਨੂੰ ਤੁਸੀਂ ਕਹਿੰਦੇ ਹੋ ਪਕਾਉਣ ਦੇ ਸਮੇਂ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਧਿਆਨ 'ਚ ਰੱਖੀਆਂ ਜਾਣ ਕੀ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਹੈ ਇਸ ਬਾਰੇ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਤੁਹਾਡੇ ਤੋਂ ਜਾਣਕਾਰੀ ਲੈਣੀ ਠੀਕ ਹੈ ਜੀ ਹਾਂਜੀ ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ ਕੰਟੈਕਟ ਕਰੋ ਸੰਦੀਪ ਕੌਰ 604-825-9295 ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਰਸਾਦ ਦੇ ਰਹੇ ਨੇ ਸਰਬਜੀਤ ਕੌਰ ਰੋਮਾਨਾ ਜਿਹੜੇ ਸਾਡੇ ਮਹਿਮਾਨ ਨੇ ਅਤੇ ਅੱਜ ਗੱਲਬਾਤ ਚੱਲ ਰਹੀ ਹੈ ਸੈਲਫ ਫੀਲਿੰਗ ਅਤੇ ਵੈਲਨੈਸ ਦੀ ਅਤੇ ਬ੍ਰੇਕ ਤੋਂ ਪਹਿਲਾਂ ਖਾਣ ਪੀਣ ਦੇ ਸੰਬੰਧ ਵਿੱਚ ਯਾਨੀ ਕਿ ਡਾਈਟਿੰਗ ਜਿਹੜੀ ਹੈਗੀ ਡਾਈਟ ਉਹ ਬਹੁਤ ਜ਼ਰੂਰੀ ਹੈ ਜਿਸ ਦੇ ਉੱਤੇ ਨਿਊਟ੍ਰੀਸ਼ਨ ਅਤੇ ਡਾਈਟ ਜੇ ਸਹੀ ਹੋਏ ਤਾਂ ਇਹ ਸਾਨੂੰ ਬਿਮਾਰੀਆਂ ਤੋਂ ਬਚਾ ਸਕਦੀ ਹੈ ਅਗੇਨ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਪਹਿਲਾਂ ਸ਼ੁਰੂ ਦੇ ਪ੍ਰੋਗਰਾਮ ਦੇ ਵਿੱਚ ਕਿ ਜੇਕਰ ਤੁਸੀਂ ਕਿਸੇ ਡਾਕਟਰ ਕੋਲੋਂ ਕੋਈ ਆਪਣੇ ਚੈੱਕਅਪ ਵਾਸਤੇ ਜਾਂਦੇ ਹੋ ਜਾਂ ਕੋਈ ਦਵਾਈਆਂ ਖਾ ਰਹੇ ਹੋ ਅਸੀਂ ਛੱਡਣ ਲਈ ਨਹੀਂ ਕਹਿ ਰਹੇ ਇਹ ਸਿਰਫ ਪ੍ਰੀਵੈਂਟਿਵ ਮੈਜਰਸ ਨੇ ਜਿਹੜੇ ਤੁਸੀਂ ਲੈ ਸਕਦੇ ਹੋ ਪਰ ਡਾਕਟਰ ਕੋਲ ਜਾਣਾ ਤੁਹਾਡਾ ਲਾਜ਼ਮੀ ਬਣਦਾ ਹੈ ਜੇਕਰ ਤੁਹਾਨੂੰ ਜ਼ਰੂਰਤ ਹੈਗੀ ਹੈ ਸੋ ਚਲਦੇ ਹਾਂ ਵਾਪਸ ਉਸ ਟੌਪਿਕ ਦੇ ਤਰਫ ਕਿ ਸੈਲਫ ਹੀਲਿੰਗ ਅਤੇ ਵੈਲਨੈਸ ਕਿਵੇਂ ਅਸੀਂ ਅਡਾਪਟ ਕਰ ਸਕਦੇ ਹਾਂ ਜੀ ਹਾਂਜੀ ਹਰਪ੍ਰੀਤ ਸਿੰਘ ਜੀ ਜਿਸ ਤਰ੍ਹਾਂ ਕਿ ਬ੍ਰੇਕ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀਗੇ ਕਿ ਆਪਾਂ ਕੁਕਿੰਗ ਮੈਥਡਸ ਕੀ ਹੋਣੇ ਚਾਹੀਦੇ ਘਿਓ ਖਾਣਾ ਚਾਹੀਦਾ ਕਿ ਨਹੀਂ ਖਾਈ ਜਾਂਦਾ ਇਹ ਬੜਾ ਕਨਫਿਊਜ਼ਿੰਗ ਆ ਜੀ ਇਵਨ ਸਾਡੇ ਲਈ ਵੀ ਕਨਫਿਊਜ਼ਿੰਗ ਹੈਗਾ ਹੈ ਨਾ ਕਿਉਂਕਿ ਡਿਫਰੈਂਟ ਡਿਫਰੈਂਟ ਡਾਈਟਸ ਆ ਰਹੀਆਂ ਨੇ ਕੀਟੋਜ਼ ਆ ਰਹੀ ਹੈ ਜਿਸ 'ਚ ਘਿਓ ਹੀ ਘਿਓ ਖਾਈ ਜਾਓ ਪ੍ਰੋਟੀਨ ਖਾਈ ਜਾਓ ਦੂਸਰੀਆਂ ਡਾਈਟਸ ਆ ਰਹੀ ਹੈ ਕਿ ਬਿਲਕੁਲ ਘਿਓ ਨਾ ਖਾਓ ਐਂਡ ਫਿਰ ਕੋਈ ਆ ਰਿਹਾ ਜੀ ਸ਼ੂਗਰ ਬਿਲਕੁਲ ਘਟਾ ਦਿਓ ਸ਼ੂਗਰ ਤਾਂ ਵੈਸੇ ਵੀ ਕਿਹਾ ਜਾਂਦਾ ਕਿ ਇਹ ਪੋਇਜ਼ਨ ਆ ਤੁਹਾਡੀ ਬਾਡੀ ਲਈ ਕਿ ਜਿਹੜੀ ਨੈਚੁਰਲ ਸ਼ੂਗਰਸ ਨੇ ਉਹ ਠੀਕ ਨੇ ਪਰ ਜਿਹੜੀਆਂ ਕਿ ਤੁਸੀਂ ਰਿਫਾਈਂਡ ਸ਼ੂਗਰਸ ਖਾਂਦੇ ਹੋ ਉਹ ਨੈਚੁਰਲੀ ਤੁਹਾਡੀ ਬਾਡੀ ਦੇ ਵਿੱਚ ਡੈਂਪਨੈਸ ਐਂਡ ਟੌਕਸਿਨਸ ਪ੍ਰੋਡਿਊਸ ਕਰਦੇ ਆ ਸੋ ਦੇ ਆਰ ਪੋਇਜ਼ਨ ਕਾਈਂਡ ਆਫ ਪੋਇਜ਼ਨ ਈਵਨ ਕੈਂਸਰ ਪੇਸ਼ੈਂਟਸ ਨੂੰ ਤਾਂ ਬਿਲਕੁਲ ਸ਼ੂਗਰ ਅਵੋਇਡ ਕਰਨੀ ਚਾਹੀਦੀ ਆ ਸੋ ਇਹਦੇ ਕੁਕਿੰਗ ਦੇ ਵਿੱਚ ਮੈਂ ਕੋਈ ਐਕਸਪਰਟ ਨਹੀਂ ਹੈਗੀ ਕੁਕਿੰਗ ਦੀ ਆਪਾਂ ਜਨਰਲ ਗੱਲ ਕਰਦੇ ਹਾਂ ਆਈ ਥਿੰਕ ਤੁਹਾਨੂੰ ਕਿ ਬੈਲੈਂਸ ਡਾਈਟ ਖਾਣੀ ਚਾਹੀਦੀ ਆ ਜਦੋਂ ਮੇਰੇ ਕੋਈ ਵੀ ਪੇਸ਼ੈਂਟ ਪੁੱਛਦੇ ਆ ਕਿ ਮੈਂ ਕੀ ਖਾਵਾਂ ਮੈਂ ਕਹਿੰਦੀ ਤੁਸੀਂ ਪੇਰੈਂਟਸ ਨਹੀਂ ਗ੍ਰੈਂਡ ਪੇਰੈਂਟਸ ਵਾਲੀ ਡਾਈਟ ਖਾਣੀ ਸ਼ੁਰੂ ਕਰ ਦਿਓ ਸੋ ਆਈ ਥਿੰਕ ਇਹ ਜਿਹੜਾ ਮੇਰਾ ਤੁਹਾਡੇ ਕੁਐਸਚਨ ਦਾ ਇਹ ਬੈਸਟ ਆਨਸਰ ਆ ਕਿ ਤੁਸੀਂ ਜਿਹੜੇ ਤੁਹਾਡੇ ਗ੍ਰੈਂਡ ਪੇਰੈਂਟਸ ਖਾਂਦੇ ਸੀਗੇ ਉਹ ਵਾਲੀ ਡਾਈਟ ਖਾਣਾ ਸ਼ੁਰੂ ਕਰ ਦਿਓ ਅਤੇ ਮੈਂ ਹੋਰ ਜਿਸ ਤਰ੍ਹਾਂ ਕੀਟੋ ਜਾਂ ਆਈ ਡੋਨਟ ਨੋ ਮੈਂ ਬੈਲੈਂਸ ਦੇ ਵਿੱਚ ਬਿਲੀਵ ਕਰਦੀ ਹਾਂ ਬਿਲਕੁਲ ਤੁਹਾਡੇ ਕੋਲ ਠੀਕ ਹੈ ਜੀ ਘਰ ਦੇ ਵਿੱਚ ਜੋ ਕੁਝ ਅਸੀਂ ਬਣਾ ਰਹੇ ਹੈਗੇ ਹਾਂ ਉਹ ਵਾਕਿਆ ਚ ਬੈਲੈਂਸ ਡਾਈਟ ਹੁੰਦੀ ਹੈ ਜਿਹਦੇ ਵਿੱਚ ਅਸੀਂ ਸਬਜ਼ੀਆਂ ਵੀ ਖਾਂਦੇ ਹਾਂ ਅਸੀਂ ਜੇ ਮੀਟ ਵਾ ਖਾਣ ਵਾਲੇ ਤਾਂ ਮੀਟ ਵੀ ਖਾ ਲੈਂਦੇ ਹਾਂ ਨਾਲ ਸਾਰੀ ਚੀਜ਼ਾਂ ਦਾ ਬੈਲੈਂਸ ਹੋ ਜਾਂਦਾ ਦਾਲਾਂ ਵੀ ਬਣਦੀਆਂ ਨੇ ਸਬਜ਼ੀਆਂ ਵੀ ਬਣਦੀਆਂ ਨੇ ਸਭ ਕੁਝ ਚੱਲਦਾ ਹੈ ਸਾਰੀਆਂ ਕੁਝ ਜਿਸ ਤਰ੍ਹਾਂ ਕਿ ਤੁਹਾਨੂੰ ਹਰ ਚੀਜ਼ ਚਾਹੀਦੀ ਹੈ ਰਾਈਟ ਜਿਸ ਤਰ੍ਹਾਂ ਕਿ ਅੱਜ ਕੱਲ ਜਿਹੜੀਆਂ ਡਾਈਟਸ ਦੇ ਵਿੱਚ ਆ ਗਿਆ ਸੀ ਕਿ ਸੋਡੀਅਮ ਘਟਾ ਦਿਓ ਹੈ ਨਾ ਸ਼ੂਗਰ ਘਟਾ ਦਿਓ ਬਟ ਦੇ ਆਰ ਸਮ ਪੀਪਲ ਤੁਸੀਂ ਮੇਰੀ ਨੋਟਿਸ ਦੇ ਵਿੱਚ ਆਇਆ ਮੇਰੇ ਕਲੀਨਿਕ 'ਚ ਐਂਡ
ਕਿ ਲੈਕ ਆਫ ਸੋਡੀਅਮ ਦੇ ਨਾਲ ਕੋਮਾ 'ਚ ਜਾ ਰਹੇ ਆ ਅਤੇ ਉਹਨਾਂ ਦੀ ਜਿਹੜੀਆਂ ਕਈ ਕਈ ਜਿਵੇਂ ਕਿ ਬਲਰੀਨੈਸ, ਉਹਨਾਂ ਦੀ ਜਿਹੜੀ ਮਾਇੰਡ ਜਿਹੜਾ ਕਲੀਅਰ ਨਹੀਂ ਹੈਗਾ. ਸੋ ਤੁਹਾਨੂੰ ਜਦੋਂ ਵੀ ਕੋਈ ਮੇਰੇ ਕੋਲ ਪੇਸ਼ੈਂਟ ਇਸ ਕੰਡੀਸ਼ਨ ਦਾ ਆਉਂਦਾ, ਕਹਿੰਦੇ ਗੋ ਚੈੱਕ ਯੋਰ ਸੋਡੀਅਮ ਲੈਵਲ, ਚੈੱਕ ਯੋਰ ਵਾਈਟਾਮਿਨ ਡੀ ਲੈਵਲ. ਸੋ ਇਸ ਕਰਕੇ ਜਿਹੜਾ ਹਰ ਚੀਜ਼ ਇਨ ਲਿਮਿਟ ਇਜ਼ ਇੰਪੋਰਟੈਂਟ. ਅਤੇ ਕੁਕਿੰਗ ਜਿਹੜੀ ਹੈਗੀ ਆ ਉਹ ਬੰਦ ਕਰਕੇ ਕਰਨੀ ਚਾਹੀਦੀ ਹੈ, ਓਪਨ ਨਹੀਂ ਕਰਨੀ ਚਾਹੀਦੀ. ਸੋ ਥੋੜ੍ਹੀ ਜਿਹੀ ਮੀਡੀਅਮ ਹੀਟ 'ਤੇ ਕਰਨੀ ਚਾਹੀਦੀ ਹੈ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ. ਅੱਛਾ, ਇੱਥੇ ਇੱਕ ਚੀਜ਼ ਮੈਨੂੰ ਯਾਦ ਆ ਗਈ, ਥੋੜ੍ਹਾ ਜਿਹਾ ਇੱਥੇ ਕਲੈਰੀਫਾਈ ਕਰੋ ਜੀ, ਤੁਹਾਨੂੰ ਪਤਾ ਇਹਦੇ ਬਾਰੇ, ਜਿਹੜਾ ਮਾਈਕਰੋਵੇਵ ਕਰਕੇ ਅਸੀਂ ਖਾਣਾ ਖਾਂਦੇ ਹੈਗੇ, ਹਾਂਜੀ, ਕੀ ਇਹਦਾ ਕੋਈ ਡੇਂਜਰ ਹੈਗਾ ਇਹਨੂੰ ਕੋਈ, ਕਿ ਇਹ ਵੀ ਬੈਲੈਂਸ ਵਿੱਚ ਠੀਕ ਹੈਗਾ? ਜੇ ਤਾਂ ਆਪਾਂ ਉਹਨਾਂ ਦੀਆਂ ਵੇਵਸ ਵਗੈਰਾ ਵੱਲ ਦੇਖੀਏ ਤਾਂ ਆਈ ਥਿੰਕ ਅਵੋਇਡ ਇਟ ਜਿੰਨਾ ਕਰ ਸਕਦੇ ਹੋ. ਪਰ ਜੇ ਗਰਮ ਕਰਨਾ ਤਾਂ ਫੂਡ ਮੈਂ ਵੀ ਕਰਦੀ ਹਾਂ. ਸੋ ਲਾਈਫ ਸਟਾਈਲ ਜਿਹੜਾ ਤੁਹਾਡਾ, ਅਗੇਨ ਬੈਲੈਂਸ ਵਾਲੀ ਗੱਲ ਹੈ ਕਿ ਸਾਰਾ ਹੀ ਹਮੇਸ਼ਾ ਨਾ ਹੋਏ ਕਿ ਤੁਸੀਂ ਸਿਰਫ ਉਹਦੇ 'ਚ ਹੀ ਬਣਾ ਕੇ ਗਰਮ ਕਰ ਰਹੇ ਹੋ. ਜਸ ਲਾਈਫ ਨੂੰ ਇੰਨਾ ਸਟ੍ਰਿਕਟ ਵੀ ਨਾ ਕਰੋ ਕਿ ਤੁਸੀਂ ਉਹਨੂੰ ਇੰਜੋਏ ਨਾ ਕਰ ਸਕੋ. ਐਬਸੋਲੂਟਲੀ, ਹੈ ਨਾ ਜੀ. ਸੋ ਪਹਿਲਾ ਪੁਆਇੰਟ ਹੋ ਗਿਆ ਜੀ ਸਾਡਾ ਡਾਈਟ ਤੇ ਨਿਊਟ੍ਰੀਸ਼ਨ, ਇਹਦੇ ਤੇ ਧਿਆਨ. ਹੋਰ ਸੈਕੰਡ ਵੈਲਨੈਸ, ਸੈਕੰਡ ਹੈਗਾ ਜੀ ਜਿਹੜਾ ਕਿ ਹਰਬਸ ਐਂਡ ਸਪਲੀਮੈਂਟਸ. ਓਕੇ, ਸੋ ਇੱਥੇ ਜਿਹੜੀਆਂ ਹਰਬਸ ਮੈਂ ਦੱਸ ਰਹੀ ਹਾਂ, ਹਰਬਸ ਮੀਨਸ ਸਪਾਈਸਿਸ, ਠੀਕ ਹੈ, ਜਾਂ ਜਿਹੜੀਆਂ ਟੋਨੀਫਾਈਂਗ ਨਰਿਸ਼ਿੰਗ ਹਰਬਸ ਨੇ, ਨੋਟ ਲਾਈਕ ਮੈਡੀਸਨਲ ਹਰਬਸ. ਸੋ ਨੋਰਮਲ ਜਿਹੜੀ ਹਰਬ ਰੇਂਜ ਹੈ ਐਂਡ ਸਪਲੀਮੈਂਟਸ. ਸੋ ਇੱਥੇ ਵੀ ਫੇਮ ਸੇਮ ਆ ਜਾਂਦਾ, ਕਈ ਵਾਰੀ ਕਹਿੰਦੇ ਆ ਜੀ ਤੁਹਾਨੂੰ ਸਪਲੀਮੈਂਟ ਲੈਣ ਦੀ ਲੋੜ ਨਹੀਂ ਕਿਉਂਕਿ ਤੁਹਾਡੀ ਬਾਡੀ 'ਚ ਜੇ ਤੁਸੀਂ ਪ੍ਰੋਪਰ ਫੂਡ ਖਾ ਰਹੇ ਹੋ, ਤੁਹਾਡੇ ਸਾਰੇ ਸਪਲੀਮੈਂਟਸ ਪੂਰੇ ਆ, ਤੁਸੀਂ ਬਲੱਡ ਟੈਸਟ ਕਰਾਓ ਫਿਰ ਹੀ ਆਪਣੇ ਸਪਲੀਮੈਂਟਸ ਐਡ ਕਰੋ. ਪਰ ਮੈਨੂੰ ਲੱਗਦਾ ਕਿ ਸਪਲੀਮੈਂਟਸ ਜਿਹੜੇ ਆ ਇਹ ਇੱਕ ਤਰ੍ਹਾਂ ਦੀ ਤੁਹਾਡੀ ਕਿਓਰ ਆ. ਜੇ ਹੁਣ ਤੁਸੀਂ ਤੁਹਾਡੇ ਵਿੱਚ ਆਇਰਨ ਲੈਵਲ ਘੱਟ ਆ, ਸੋ ਤੁਸੀਂ ਜਿੰਨਾ ਮਰਜ਼ੀ ਕੋਈ ਟ੍ਰੀਟਮੈਂਟਸ ਕਰਾਈ ਜਾਓ, ਕੁਛ ਕਰੀ ਜਾਓ, ਤੁਸੀਂ ਉਹ ਫਟੀਗਨੈਸ, ਤੁਹਾਡੀ ਬਲਰੀ ਮਾਇੰਡ ਐਂਡ ਟਾਇਰਡਨੈਸ ਤੁਸੀਂ ਫੀਲ ਕਰੋਗੇ ਕਿਉਂਕਿ ਇਟਸ ਅ ਮੇਨ ਕੰਪੋਨੈਂਟ ਆਫ ਅਵਰ ਬਲੱਡ ਸੈਲਸ. ਸੋ ਜੇ ਹੁਣ ਤੁਸੀਂ ਮੈਗਨੀਸ਼ੀਅਮ ਦੇ ਵਿੱਚ ਲੈਕ ਕਰਦੇ ਹੋ, ਮਿਨਰਲਸ ਦੇ ਵਿੱਚ ਲੈਕ ਕਰਦੇ ਹੋ, ਸੋ ਫਿਰ ਤੁਹਾਡੇ ਜਿਹੜੇ ਮਸਲ ਕ੍ਰੈਂਪਿੰਗ, ਵੀਕਨੈਸ ਇਨ ਮਸਲਸ, ਸੋਰਨੈਸ ਜਾਂ ਉਹ ਫਲੈਬੀ ਜਿਹੇ ਮਸਲਸ ਉਹ ਹੋਣਗੇ. ਸੋ ਜਿਹੜੇ 20 ਸਪਲੀਮੈਂਟਸ ਨੇ, 20 ਸਪਲੀਮੈਂਟਸ ਦੇ ਵਿੱਚ ਵੀ ਇਹ ਹੈਗਾ ਕਿ ਤੁਹਾਡੀ ਉਹ ਵਾਸ਼ ਆਊਟ ਹੋ ਜਾਂਦੇ ਐਵਰੀ ਡੇ. ਤੁਸੀਂ ਤੁਹਾਨੂੰ ਰੋਜ਼ ਹੀ ਚਾਹੀਦੇ ਆ, ਇਹ ਨਹੀਂ ਕਿ ਤੁਸੀਂ ਮੰਡੇ ਪੂਰਾ 20 ਸਪਲੀਮੈਂਟ ਵਾਲਾ ਮੀਲ ਖਾ ਲਿਆ ਅਤੇ ਤੁਹਾਡਾ ਪੂਰਾ ਹਫ਼ਤਾ ਹੋ ਚੱਲੂਗਾ, ਇਹ ਨਹੀਂ ਹੈਗਾ. 20 ਸਪਲੀਮੈਂਟਸ ਆਪਣੇ ਯੂਰਨ ਦੇ ਥਰੂ ਵਾਸ਼ ਆਊਟ ਹੋ ਜਾਂਦੇ ਆ. ਸੋ ਉਹਦੇ ਨਾਲ ਜਿਹੜੇ 20 ਸਪਲੀਮੈਂਟਸ ਜਿਹੜੇ ਆ ਇਹ ਰਿਕੁਆਇਰਮੈਂਟ ਆ ਤੁਹਾਡੇ ਬੋਡੀ ਦੇ ਸਾਰੇ ਜਿਹੜੇ ਬਾਇਓਕੈਮੀਕਲ ਰਿਐਕਸ਼ਨਸ ਹੁੰਦੇ ਆ ਉਹਨਾਂ ਦੇ ਵਿੱਚ 20 ਸਪਲੀਮੈਂਟਸ ਜਿਹੜੇ ਆ ਯੂਜ਼ ਹੁੰਦੇ ਆ. ਸੋ B12 ਬਹੁਤ ਘੱਟ ਹੁੰਦਾ ਆਪਣੇ ਵੂਮੈਨ ਦੇ ਵਿੱਚ ਕਿਉਂਕਿ ਉਹ ਮੀਟ ਨਹੀਂ ਖਾਂਦੇ, ਹੈ ਨਾ. ਸੋ ਇਹਦੇ ਵਿੱਚ ਕੈਲਸ਼ੀਅਮ ਜਿਹੜਾ ਬੋਨਸ ਦੇ ਲਈ ਬਹੁਤ ਇੰਪੋਰਟੈਂਟ ਆ. ਆਈ ਨੋ ਕੈਲਸ਼ੀਅਮ ਐਕਸੈਸ ਦੇ ਵਿੱਚ ਤੁਹਾਡੇ ਜੁਆਇੰਟਸ ਦੇ ਵਿੱਚ ਡਿਪੋਜੀਸ਼ਨ ਹੋ ਜਾਂਦੀ ਹੈ, ਬਟ ਸਟਿਲ ਆਲ ਦੀਜ਼ ਮਿਨਰਲਸ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ ਐਂਡ ਅਦਰ ਸਾਈਡ ਮਿਨਰਲਸ ਆਰ ਵੈਰੀ ਵੈਰੀ ਇੰਪੋਰਟੈਂਟ. ਓਕੇ, ਹਾਂਜੀ. ਸੋ ਇਹ ਹੋ ਗਿਆ ਜੀ, ਸਪਲੀਮੈਂਟਸ ਵੀ ਲੈਣੇ ਚਾਹੀਦੇ ਸਾਨੂੰ. ਹੋਰ ਕਿਹੜੀ ਚੀਜ਼ਾਂ ਨੇ ਜਿਹੜਾ ਧਿਆਨ ਦੀ ਲੋੜ? ਫਿਰ ਇੱਥੇ ਇਹ ਹੈ ਕਿ ਹਰ ਇੱਕ ਦੀ ਇੰਡੀਵਿਜੂਅਲ ਨੀਡ ਆ, ਆਫ ਕੋਰਸ. ਸੋ ਉਹ ਤੁਹਾਨੂੰ ਖਿਆਲ 'ਚ ਰੱਖਣਾ ਪੈਣਾ. ਹਾਂਜੀ, ਰਾਈਟ, ਹਾਂਜੀ. ਹੋਰ ਥਰਡ ਪੁਆਇੰਟ ਕੀ ਕਹੋਗੇ ਤੁਸੀਂ? ਐਕਸਰਸਾਈਜ਼. ਓਕੇ, ਐਂਡ ਬੈਲੈਂਸ. ਯੂ ਕੈਨ ਡੂ ਸੈਲਫ ਹੀਲਿੰਗ, ਸੈਲਫ ਮਸਾਜ, ਐਕਸਰਸਾਈਜ਼. ਸੋ ਐਕਸਰਸਾਈਜ਼ ਦਾ ਵੀ ਮਤਲਬ ਨਹੀਂ, ਮੈਂ ਆਪਣੀ ਪਰਸਨਲ ਰਾਏ ਦੇ ਰਹੀ ਹਾਂ ਕਿ ਇਹ ਨਹੀਂ ਹੈਗਾ ਤੁਸੀਂ ਜਿਮ 'ਚ 3 ਘੰਟੇ ਐਕਸਰਸਾਈਜ਼ ਕਰੋ. ਆਪਾਂ ਇੱਕ ਵਾਰੀ ਕੀਤਾ ਸੀ, ਸਾਈਡ ਇਫੈਕਟਸ ਆਫ ਐਕਸਰਸਾਈਜ਼, ਹੈ ਨਾ, ਏਜਿੰਗ ਕਰਦੀ ਹੈ ਤੁਹਾਨੂੰ. ਐਕਸੈਸ ਆਫ ਐਕਸਰਸਾਈਜ਼ ਕੈਨ ਕੋਜ਼ ਏਜਿੰਗ ਆਫ ਯੋਰ ਜੁਆਇੰਟਸ, ਹੈ ਨਾ. ਅਤੇ ਜਿਵੇਂ ਕਿ ਹਾਰਟ ਬੀਟ ਕਿਹਾ ਕਿ ਆਪਾਂ ਜੇ ਸੋਚਦੇ ਹਾਂ ਕਿ ਆਪਣੀ ਇੱਕ ਹਾਰਟ ਬੀਟ ਲਿਖੀ ਹੋਈ ਆ ਕਿ ਹਾਰਟ ਮਸਲ ਨੇ ਕਿੰਨਾ ਵਰਕ ਕਰਨਾ, ਜੈਨੇਟਿਕਲੀ ਜੇ ਦੇਖਿਆ ਜਾਵੇ ਜਦੋਂ ਬੋਰਨ ਹੁੰਦੇ ਹੋ ਉਹਦਾ ਇੱਕ ਜ਼ਰੂਰ ਕੋਈ ਪੈਰਾਮੀਟਰ ਹੈਗਾ ਮਸਲ ਦਾ ਕਿ ਉਹਨੇ ਕਿੰਨੀ ਵਾਰੀ ਹਾਰਟ ਬੀਟ ਕਰਨਾ. ਜੇ ਉਹਨੂੰ ਤੁਸੀਂ ਟ੍ਰੈਡਮਿਲ 'ਤੇ ਭਜਾਈ ਜਾਓਗੇ ਉਹ ਵੀ ਨਹੀਂ ਚੰਗਾ, ਪਰ ਜੇ ਉਹਨੂੰ ਰੈਸਟਿੰਗ ਸਟੇਜ 'ਚ ਰੱਖੋਗੇ ਉਹ ਵੀ ਨਹੀਂ ਚੰਗਾ. ਸੋ ਇੱਕ ਮਾਇਲਡ ਐਕਸਰਸਾਈਜ਼, ਗੋ ਫੋਰ ਵਾਕ, ਜੋਗਿੰਗ, ਸਵਿਮਿੰਗ, ਐਂਡ ਤੁਸੀਂ ਕੁਛ ਵੀ ਕੋਈ ਗੇਮਸ ਖੇਡ ਲਓ, ਤੁਸੀਂ ਉਹਦੇ ਨਾਲ ਜਿਹੜਾ ਰੈਗੂਲਰ ਐਕਸਰਸਾਈਜ਼ ਐਂਡ ਸੈਲਫ ਮਸਾਜ ਮੀਨਸ ਟੈਪਿੰਗ ਔਨ ਯੋਰ ਬੋਡੀ, ਜਿੱਥੇ ਵੀ ਪੇਨ ਹੁੰਦੀ ਉੱਥੇ ਟੈਪ ਕਰੋ, ਮਸਾਜਿੰਗ, ਐਕੂਪ੍ਰੈਸ਼ਰ ਕਾਇੰਡ ਆਫ ਫੀਲਿੰਗ. ਸੋ ਯੂ ਕੈਨ ਡੂ ਸੈਲਫ ਹੀਲਿੰਗ ਇਨ ਦੈਟ, ਰਾਈਟ? ਹਾਂਜੀ, ਵੰਡਰਫੁਲ ਜੀ. ਐਂਡ ਆਫਕੋਰਸ ਇਹਦੇ ਨਾਲ ਹੋਰ ਵੀ ਅੱਜ ਬੜੀਆਂ ਥੈਰੇਪੀਜ਼ ਨੇ, ਮਿਊਜ਼ਿਕ ਥੈਰੇਪੀ ਹੈਗੀ, ਮਿਊਜ਼ਿਕ ਸੁਣ ਲਓ, ਨੇਚਰ ਵਿੱਚ ਚਲੇ ਜਾਓ, ਆਪਣੇ ਆਪ ਨੂੰ ਖੁਸ਼ ਰੱਖੋ, ਤਣਾਅ ਵਿੱਚ ਬਹੁਤਾ ਨਾ ਜਾਓ. ਜ਼ਿੰਦਗੀ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਸ ਨੂੰ ਇੰਨਾ ਵੀ ਸਟ੍ਰਿਕਟ ਨਾ ਕਰ ਲਓ ਕਿ ਤੁਸੀਂ ਇੰਜੋਏ ਨਾ ਕਰੋ. ਹਾਂਜੀ, ਸੋ ਇਹ ਸਾਰਾ ਬੈਲੈਂਸ ਜਦੋਂ ਜ਼ਿੰਦਗੀ 'ਚ ਆਏਗਾ ਤਾਂ ਆਟੋਮੈਟਿਕਲੀ ਸਾਡੀ ਜ਼ਿੰਦਗੀ ਵੀ ਬਹੁਤ ਸਕੂਨ ਨਾਲ ਨਿਕਲੇਗੀ. ਬਿਲਕੁਲ ਜੀ. ਉਸ ਦੇ ਨਾਲ ਹੀ ਤੁਹਾਡੇ ਨਾਲ ਸੰਪਰਕ ਕਰਨਾ ਹੋਏ, ਤੁਹਾਡੀ ਕਲੀਨਿਕ 'ਤੇ ਕਿਸੇ ਨੇ ਆ ਕੇ ਤੁਹਾਡੀ ਸਰਵਿਸ ਲੈਣੀ ਹੋਵੇ, ਕੀ ਨੰਬਰ ਹੈ ਤੁਹਾਡਾ? 604-764-0793. ਬਹੁਤ ਧੰਨਵਾਦ ਜੀ. ਥੈਂਕ ਯੂ. ਥੈਂਕ ਯੂ.